ਉਹ ਸੱਤ ਬਿਸਮਿਲ੍ਲਾ ਪ੍ਰਾਹੁਣੇ ਆਏ ਸਾਡੇ ਘਰ ਕੀ ਹਾਲ ਆ ਭਾਈ ਨੇ ਠੀਕ ਹੈ ਗੱਡੀਆਂ ਆਪਣੀਆਂ ਖੜੀਆਂ ਜ਼ਰਾ ਦੇਖੋ ਕੈਸੀਆਂ ਕੀ ਬਾਤ ਹੈ ਭਾਈ ਜੀ ਬਹੁਤ ਹੀ ਵਧੀਆ ਹਾਲੇ ਤੇ ਹੋਰ ਬਹੁਤ ਕੁਝ ਦੇਖਣਾ ਤੁਸੀਂ ਆ ਜਾਓ ਅਮਰੀਕਾ ਤੋਂ ਵਾਪਸੀ ਤੇ ਮੈਂ ਆ ਡਿਨਰ ਸੈੱਟ ਲਿਆਂਦਾ ਜਿਹੜਾ ਮੈਂ ਇੱਥੇ ਆ ਕੇ ਹਿਸਾਬ ਕੀਤਾ ਤੇ ਮੈਨੂੰ 33 ਲੱਖ ਰੁਪਏ ਦਾ ਪਿਆ 25 ਲੱਖ ਰੁਪਇਆ ਮੇਰੀ ਜੇਬ 'ਚ ਬਚ ਗਿਆ ਸੀ ਮੈਂ ਆਉਣ ਲੱਗਿਆ ਫਿਰ ਬਾਹਰ ਤੇ 6 ਝਾੜੂ ਲੈਣ ਦੇ ਹਾਏ ਚਾਂਦੀ ਦੇ ਤੀਲਿਆਂ ਵਾਲੇ ਝਾੜੂ ਸੀ ਸਾਡੇ ਮੁੱਲੇ ਤੋਂ 150 ਦੇ 6 ਮਿਲ ਜਾਂਦੇ ਆਹੋ ਤੇ ਹੋਰ ਕੀ ਹੁਣ ਜਿਹੜੀ ਤੁਸੀਂ ਰੋਟੀ ਖਾਣੀ ਆ ਨਾ ਇਹਦਾ ਖਰਚਾ ਕਮ ਸੇ ਕਮ 7-8 ਲੱਖ ਰੁਪਏ ਆਉਣਾ ਹੈ ਵਾਹ ਵਾਹ ਕੀ ਬਾਤ ਇਹ ਤੇ ਹਲੇ ਟੇਲਰ ਸੀ ਨਹੀਂ 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 ਬਾਕੀ ਚੀਜ਼ਾਂ ਤੇ ਇਹਨਾਂ ਨੂੰ ਮੈਂ ਵਿਖਾਉਂਗੀ ਆ ਜਾਓ ਚਲੋ ਜੀ ਮੌਜਾਂ ਕਰੋ ਹਰਾਮ ਦਾ ਬੋਤਾ ਹੀ ਨਹੀਂ ਸ਼ੋਖਾ ਹੋ ਗਿਆ ਇਹਦੇ ਕੋਲ ਇਹਨਾਂ ਰੁਪਈਆ ਕਿੱਥੋਂ ਆ ਗਿਆ ਮੈਨੂੰ ਇਹ ਤੇ ਸਮਝਾ ਇਹ ਤੇ ਮੈਂ ਸੁਣਿਆ ਵੀ ਕਿਤੇ ਆਪਣਾ ਰੇੜੀ ਰੂੜੀ ਨਹੀਂ ਸੀ ਲਾਉਂਦਾ ਹੁੰਦਾ ਯਾਰ ਆਹੋ ਲਾਉਂਦਾ ਹੁੰਦਾ ਸੀ ਪਰ ਹੁਣ ਅੱਲਾ ਨੇ ਬਾਹ ਫੜ ਲਈ ਅਸੀਂ ਕੀ ਕਰ ਸਕਦੇ ਹਾਂ ਇਹਨੂੰ ਘੁੱਟ ਕੇ ਫੜ ਲਈ ਤੂੰ ਮੰਨਣਾ ਮਨ ਪਰ ਮੇਰਾ ਜ਼ੇਨ ਕਹਿਣ ਦਿਆ ਕਿ ਇਹਨੇ ਕੋਈ ਪੁੱਠਾ ਸਿੱਧਾ ਕੰਮ ਕੀਤਾ ਹੀ ਹਾਂ ਤੇਰੇ ਅੰਦਰ ਕਾਦਾ ਸਾੜ ਬਲਨ ਦਿਆ ਮੈਨੂੰ ਕਾਦਾ ਸਾੜ ਹੈ ਇੰਨੀ ਛੇਤੀ ਕੋਈ ਮੀਰ ਹੁੰਦਾ ਭਲਾ ਐ ਦੇਖੋ ਫ੍ਰਿਜ ਇਹਦੀ ਕੁਆਲਿਟੀ ਪਤਾ ਕੀ ਆ ਇਹਦੇ ਅੰਦਰ ਕੋਈ ਚੀਜ਼ ਨਾ ਵੀ ਰੱਖੋ ਤੇ ਬਾਹਰ ਪੈਣ ਨੂੰ ਠੰਡਾ ਕਰ ਦਿੰਦੀ ਆ ਹੈਗੀ ਕਿੰਨੇ ਦੀ ਆ 55 ਲੱਖ ਦੀ ਮੈਂ ਇਹਨੂੰ ਸਮਝਾਇਆ ਕਿ 10-15 ਲੱਖ ਘੱਟ ਹੀ ਦੱਸਿਆ ਕਰੇ ਤਾਂ ਨਜ਼ਰ ਲੱਗ ਜਾਂਦੀ ਏ ਹਾਂ ਇਹ ਕਿੱਥੇ ਆ ਗਈ ਸੀ ਉਹ ਮੈਨੂੰ ਸੱਚ ਯਾਦ ਆਇਆ ਮੈਂ ਘਰ ਦਾ ਪੱਖਾ ਚੱਲਦੇ ਛੱਡ ਆਈ ਆ 20 ਵਾਰੀ ਤਾਂ ਤੈਨੂੰ ਬਕਵਾਸ ਕੀਤੀ ਧਿਆਨ ਰੱਖਿਆ ਕਰ ਐਰ ਕੀ ਵੀ 300 ਬਿੱਲ ਆਇਆ ਇਸੇ ਵਜ੍ਹਾ ਤੇ ਗਰੀਬ ਲੋਕ ਇਧਰ ਗੌਰ ਕਰੋ ਜ਼ਰਾ ਨਵਾਂ ਨਿਜ਼ਾਮ ਜਾਨੂੰ ਬਸ ਕਰਦੇ ਹੋ ਕਿਉਂ ਦਿਮਾਗ ਖਰਾਬ ਕਰਨਾ ਇੰਨਾ ਦਾ ਤੁਸੀਂ ਨਹੀਂ ਦੇਖਣ ਦੇ ਜ਼ਰਾ ਬੱਚੇ ਆ ਨਾ ਖੁਸ਼ ਹੋ ਜਾਣਗੇ ਹੋਏ ਇਹ ਤਾਂ ਦਰਵਾਜ਼ਾ ਬਣ ਗਿਆ ਤਾਂ ਲੰਘ ਜਾ ਅੰਦਰ ਬੇਟੇ ਤੂੰ ਦੱਸ ਤੈਨੂੰ ਇੰਨਾ ਅਮੀਰ ਹੋਣ ਲੱਗਿਆ ਕਿੰਨੀ ਕੁ ਦੇਰ ਲੱਗੇਗੀ ਉੱਤੋਂ ਤੂੰ ਲਾਉਂਦਾ ਵੀ ਪਹਿਲੇ ਰੇੜੀ ਹੋਵੇਂ ਤੇ ਇੱਕਦਮ ਇੰਨੇ ਮੋਹਰ ਮੇ ਤੇ ਸ਼ੋਖੀ ਨਾ ਕਰ ਇੱਥੇ ਕੋ ਮਾਈਕ ਨਾ ਲੱਗਾ ਹੋਵੇ ਹੈ ਮੇਰੀ ਆਵਾਜ਼ ਆਏਗੀ ਇੰਨਾ ਤੱਕ ਨਹੀਂ ਸਿਰਫ ਅਸੀਂ ਉਹਨਾਂ ਦੀ ਸੁਣ ਸਕਦੇ ਸਿਸਟਮ ਹੀ ਐਸਾ 25-30 ਲੱਖ ਰੁਪਇਆ ਲੱਗ ਗਿਆ ਸੀ ਚਲੋ ਮੈਂ ਕਿਹਾ ਕੋਈ ਨਹੀਂ ਹੁਣ ਤੇਰੀ ਗੱਲ ਮੇਰੀ ਸਮਝ ਆ ਰਹੀ ਹੈ ਆ ਉਧਰ ਤੇ ਵੇਖ ਜ਼ਰਾ ਏਡੀ ਵੱਡੀ ਤਸਵੀਰ ਕਰਾਉਣ ਤੇ ਰੁਪਈਆ 25-30 ਹਜ਼ਾਰ ਲੱਗ ਗਿਆ ਹੋਣਾ ਮੈਂ ਤੇ ਇਹਦੇ ਨਾਲੋਂ ਅੱਧੀ ਕਰਾਉਣੀ ਹੋਵੇ ਤੇ ਰੇਟ ਸੁਣ ਕੇ ਹਰਾਮ ਦੀ ਕਮਾਈ ਹੈ ਇਹ ਕੀ ਬਕਵਾਸ ਕਰ ਰਹੇ ਆ ਪੱਕੀ ਗੱਲ ਆ ਇਹਨਾਂ ਨੇ ਕਿਤੇ ਡਾਕਾ ਮਾਰਿਆ ਹੀ ਆਹੋ ਯਾ ਡਾਕਾ ਮਾਰਿਆ ਤੇ ਜਾਂ ਫਿਰ ਕੀ ਇਹਦੀ ਬੁੱਢੀ ਕਿਸੇ ਅਮੀਰ ਆਦਮੀ ਨੇ ਫਸੀ ਹੋਣੀ ਉਹਦੀ ਸਾਰੀ ਦੌਲਤ ਹੜੱਪ ਕਰਕੇ ਤੈਨੂੰ ਫਾਰਕ ਕਰਾਤਾ ਓ ਤੁਹਾਡਾ ਕਿਹੜਾ ਇਹਨਾਂ ਦੀ ਆਵਾਜ਼ ਬੰਦ ਕਰ ਦਿਓ 2 ਮਿੰਟ ਸਰ ਤੂੰ ਆਪਣੀ ਸਰ ਬੰਦ ਰੱਖ ਸ਼ਕਲੋਂ ਤੇ ਬੜੀ ਸ਼ਰੀਫ ਲੱਗਦੀ ਇਹਦੀ ਬੁੱਢੀ ਸੋਹਣਿਆ ਜਿੱਥੇ ਅਰਬਾਂ ਰੁਪਈਆ ਨਜ਼ਰ ਆਉਂਦਾ ਹੋਵੇ ਉੱਥੇ ਸ਼ਰਾਫਤ ਸਮਝ ਗਿਆ ਨਾ ਵੀ ਬਸ ਕਰ ਦਿਓ ਤੇਰਾ ਮਤਲਬ ਕਿ ਵੈਸੇ ਜਿੱਦਾਂ ਦੀ ਉਸ ਔਰਤ ਦੀ ਸ਼ਕਲ ਹੈ ਨਾ ਮੈਂ ਉਹਨੂੰ 30 ਰੁਪਈਏ ਨਾਲ ਦੇਣ ਯਕੀਨ ਕਰ ਉਹ ਨਾਲ ਬੰਦਾ ਦੇਖਿਆ ਉਹਦਾ ਹਰ ਚੀਜ਼ ਹੈ 5 ਲੱਖ ਦੀ ਹੈ 30 ਲੱਖ ਦੀ 40 ਸਾਲ ਹੈ ਅਸੀਂ ਥੁੱਕਦੇ ਨਹੀਂ ਤੇਰੀ ਇਹੋ ਜੀ ਹਰਾਮ ਦੀ ਕਮਾਈ ਤੇ ਚਲ ਸਾਨੂੰ ਕੀ ਸਾਨੂੰ ਰੋਟੀ ਸੋਹਣੀ ਲੱਭਣੀ ਆ ਆਪਾਂ ਖਾਣੇ ਆ ਤੇ ਨਿਕਲਦੇ ਆ ਖਸਮਾਂ ਨੂੰ ਖਾਣੇ ਕੀ ਬਸ ਕਰ ਦਿਓ ਵੇ ਯਾਰ ਮੇਰੇ ਜ਼ਿਹਨ 'ਚ ਇੱਕ ਤਰਕੀਬ ਆਈ ਓ ਕੀ ਮੈਂ ਦੀ ਉਹ ਬੁੱਢੀ ਨੂੰ ਜੇ ਫਸਾਵਾਂ ਇੱਕ ਮਿਸਾਲ ਆ ਤੇ ਕੋਈ ਪੈਸੇ ਵਾਲਾ ਨਿਜ਼ਾਮ ਬਣੇਗਾ ਸਾਡਾ ਵੀ ਆਹੋ ਹੋ ਸਕਦਾ ਪਰ ਫਸੇ ਤੇ ਫੇਰ ਆਣਾ ਉਹ ਸੋਹਣਿਆ ਮੈਂ ਤੇ ਉਹ ਕੁੜੀਆਂ ਫਸਾਲੀਆਂ ਜਿਹੜੀਆਂ ਟੋਪੀ ਵਾਲੇ ਬੁਰਖੇ ਪਾ ਕੇ ਘਰੋਂ ਨਿਕਲਦੀਆਂ ਵੈਸੇ ਜੇ ਤੂੰ ਕਵੇਂ ਤੇ ਮੈਂ ਟਰਾਈ ਕਰਾਂ ਕਿਉਂਕਿ ਮੇਰੇ ਨਾਲ ਵੇਖਦੀ ਵੀ ਉਹ ਜ਼ਰਾ ਗਲਤ ਨਜ਼ਰ ਆਣਾ ਸੀ ਨਹੀਂ ਮੈਂ ਫਸਾਉਣੀ ਆ ਉਹ ਤੂੰ ਫਸਾ ਲਈ ਮੈਂ ਫਸਾ ਲਈ ਇੱਕੋ ਹੀ ਗੱਲ ਆ ਯਾਰ ਇਹਦੇ 'ਚ ਏਡੀ ਟੈਨਸ਼ਨ ਵਾਲੀ ਕਿਹੜੀ ਗੱਲ ਆ ਹਾਂ ਆਪਣੀ ਮਾਂ ਨੂੰ ਫਸਾ ਆਪਣੀ ਭੈਣ ਨੂੰ ਫਸਾ ਕੰਜੜਾ ਜਨਰਲ ਮੈਂ 20 ਲੱਖ ਇਹਨਾਂ ਦਾ ਲਾ ਕੇ ਇਹਨਾਂ ਨੂੰ ਅੰਦਰ ਕਰਾ ਦੇਣਾ